ਟਰੈਕਟਰਾਂ ਦੀ ਰੇਸ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਰੇਸ ਦੌਰਾਨ ਟਰੈਕਟਰ ਪਲਟਣ ਦੇ ਕਾਰਨ 3 ਬੱਚੇ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ 2 ਟਰੈਕਟਰਾਂ ਦੀ ਜਦੋਂ ਇਹ ਰੇਸ ਲੱਗ ਰਹੀ ਸੀ ਤਾਂ ਅਚਾਨਕ ਹੀ ਇੱਕ ਟਰੈਕਟਰ ਬੇਕਾਬੂ ਹੋ ਜਾਂਦਾ। ਬੇਕਾਬੂ ਹੋ ਕੇ ਜੋ ਦਰਸ਼ਕ ਖੜੇ ਹੁੰਦੇ ਨੇ ਸਿੱਧਾ ਹੀ ਉਹਨਾਂ ਦੇ ਵਿੱਚ ਜਾ ਵੱਜਦਾ, ਜਿਸ ਦੇ ਵਿੱਚ ਕਈ ਟਰੈਕਟਰ ਨੁਕਸਾਨੇ ਗਏ ਨੇ। ਅਤੇ ਜਿਸ ਟਰੈਕਟਰ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਬਿਲਕੁਲ ਹੀ ਅੱਗੋਂ ਖਿਲਰ ਗਿਆ। ਹਾਲਾਂਕਿ ਇਸਦਾ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਕਈਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਟਰੈਕਟਰ ਦੀ ਰੇਸ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਹਾਲਾਂਕਿ ਇੱਕ ਜੇਕਰ ਗੱਲ ਕੀਤੀ ਜਾਵੇ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਟਰੈਕਟਰ ਦੇ ਨਾਲ ਕਰਤੱਵ ਦਿਖਾਉਂਦੇ ਜੋ ਨੇ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਨੇ। ਪਰ ਬਾਵਜੂਦ ਇਸਦੇ ਲੋਕ ਹਾਲੇ ਵੀ ਸੁਧਰਨ ਦਾ ਨਾਮ ਨਹੀਂ ਲੈ ਰਹੇ ਅਤੇ ਟਰੈਕਟਰ ਜੋ ਹੈ ਖੇਤੀ ਦੇ ਲਈ ਉਪਯੋਗ ਹੋਣ ਵਾਲੇ ਨੂੰ ਹੁਣ ਕਿਸੇ ਦੂਸਰੇ ਕੰਮਾਂ ਦੇ ਵਿੱਚ ਹੀ ਉਸਨੂੰ ਵਰਤਿਆ ਜਾ ਰਿਹਾ। ਤਾਂ ਦੱਸ ਦਈਏ ਕਿ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ, ਜਿੱਥੇ ਕਿ ਟਰੈਕਟਰਾਂ ਦੇ ਮੁਕਾਬਲੇ ਚੱਲ ਰਹੇ ਸੀ, ਟਰੈਕਟਰ ਰੇਸ ਚੱਲ ਰਹੀ ਸੀ। ਇਸੇ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਜਾਂਦਾ ਅਤੇ ਤਸਵੀਰਾਂ ਵੀ ਇਸਦੀਆਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਟਰੈਕਟਰ ਸਿੱਧਾ ਹੀ ਰੇਸ ਦੇ ਵਿੱਚ ਭੱਜੇ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਇੱਕ ਲਾਲ ਰੰਗ ਦਾ ਟਰੈਕਟਰ ਜੋ ਹੈ ਉਹ ਬੇਕਾਬੂ ਹੁੰਦਾ ਹੈ ਅਤੇ ਜਾ ਕੇ ਸਿੱਧਾ ਹੀ ਦਰਸ਼ਕਾਂ ਦੇ ਵਿੱਚ ਵੱਜਦਾ, ਜਿਸ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੀ ਟਰੈਕਟਰ ਨਾਲ ਸਟੰਟ ਕਰਨ ਜਾਂ ਰੇਸ ਲਗਾਉਣ ਦੇ ਉੱਤੇ ਰੋਕ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਤਾਂ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਰ ਇਹ ਟਰੈਕਟਰ ਦੀ ਰੇਸ ਕਿਸ ਤੋਂ ਪਰਮਿਸ਼ਨ ਲੈ ਕੇ ਕਰਵਾਈ ਜਾ ਰਹੀ ਸੀ, ਅਤੇ ਜੇਕਰ ਕਰਵਾਈ ਵੀ ਜਾ ਰਹੀ ਸੀ ਤਾਂ ਮੈਨੇਜਮੈਂਟ ਦੀ ਇੱਥੇ ਸਭ ਤੋਂ ਵੱਡੀ ਗਲਤੀ ਦੇਖਣ ਦੇ ਵਿੱਚ ਮਿਲੀ ਆ, ਕਿਉਂਕਿ ਲੋਕ ਜੋ ਨੇ ਜਿੱਥੇ ਰੇਸ ਹੋ ਰਹੀ ਸੀ ਟਰੈਕਟਰਾਂ ਦੀ ਬਿਲਕੁਲ ਉਸੇ ਟਰੈਕ ਦੇ ਨਾਲ ਖੜ੍ਹੇ ਸੀ। ਜੇਕਰ ਟਰੈਕਟਰ ਦੀ ਰੇਸ ਹੋ ਵੀ ਰਹੀ ਸੀ ਤਾਂ ਲੋਕਾਂ ਨੂੰ ਵੀ ਖੁਦ ਚਾਹੀਦਾ ਸੀ ਕਿ ਉਹ ਇਸ ਤੋਂ ਪਿੱਛੇ ਹੋ ਜਾਣ, ਕਿਉਂਕਿ ਟਰੈਕਟਰ ਜੋ ਨੇ ਕਾਫੀ ਸਪੀਡ ਦੇ ਉੱਤੇ ਹੁੰਦੇ ਨੇ ਅਤੇ ਛੇਤੀ ਛੇਤੀ ਕਾਬੂ ਵੀ ਨਹੀਂ ਕੀਤੇ ਜਾ ਸਕਦੇ, ਜਿਸ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ। ਤਾਂ ਇੱਥੇ ਮੈਨੇਜਮੈਂਟ ਦੀ ਗਲਤੀ ਹੈ ਕਿ ਲੋਕਾਂ ਨੂੰ ਜੇਕਰ ਮੁਕਾਬਲਾ ਦੇਖਣ ਦੇ ਲਈ ਬੁਲਾਇਆ ਵੀ ਸੀ ਤਾਂ ਉਚਿਤ ਪ੍ਰਬੰਧ ਕਿਉਂ ਨਹੀਂ ਕੀਤੇ ਗਏ, ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜਦੋਂ ਟਰੈਕਟਰ ਦੀ ਰੇਸ ਹੋ ਰਹੀ ਹੈ ਤਾਂ ਲੋਕ ਵਿੱਚ ਹੀ ਟਰੈਕ ਦੇ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਵੱਡਾ ਸਵਾਲ ਹੈ ਪੁਲਿਸ ਦੇ ਲਈ ਵੀ ਕਿ ਆਖਰ ਇਹ ਟਰੈਕਟਰ ਰੇਸ ਕਿਸ ਦੀ ਇਜਾਜ਼ਤ ਦੇ ਨਾਲ ਕਰਵਾਈ ਜਾ ਰਹੀ ਸੀ। ਜੇਕਰ ਪੰਜਾਬ ਸਰਕਾਰ ਦੇ ਵੱਲੋਂ ਟਰੈਕਟਰ ਦੇ ਸਟੰਟ ਦੇ ਉੱਤੇ ਰੋਕ ਲਗਾਈ ਗਈ ਹੈ, ਕਿਸੇ ਵੀ ਮੁਕਾਬਲੇ ਦੇ ਉੱਤੇ ਰੋਕ ਲਗਾਈ ਗਈ ਹੈ, ਤਾਂ ਆਖਰ ਬਾਵਜੂਦ ਇਹ ਕਰਵਾਇਆ ਕਿਵੇਂ ਜਾ ਰਿਹਾ ਸੀ।